ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਡਾਕਟਰ ਸੰਧੂ ਜ਼ਿਕਰ ਕਰ ਰਹੇ ਸੀ ਕਿ ਕਾਮਾਗਾਟਾ ਮਾਰੂ ਜਹਾਜ਼ ਨੂੰ ਹਾਂਗਕਾਂਗ ਤੋਂ ਤੁਰਨ ਤੋਂ ਪਹਿਲਾਂ ਹੀ ਜੀ ਰੋਕ ਲਿਆ ਗਿਆ ਅਤੇ ਭਾਈ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਈ ਗੁਰਦਿੱਤ ਸਿੰਘ ਹੁਣਾਂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਭਾਰਤੀ ਫੌਜਾਂ ਵੀ ਜਿਹੜੀਆਂ ਉਹ ਵੀ ਗੁੱਸੇ ਦੇ ਵਿੱਚ ਆ ਗਈਆਂ। ਸੋ ਇਹ ਅਗਲੀ ਜਾਣਕਾਰੀ ਆਪਾਂ ਲੈਂਦੇ ਹਾਂ ਡਾਕਟਰ ਸੰਧੂ ਹੁਣਾਂ ਕੋਲ। ਡਾਕਟਰ ਸਾਹਿਬ, ਹਾਂਗਕਾਂਗ ਦੇ ਵਿੱਚ ਸਥਿਤ ਭਾਰਤੀ ਫੌਜਾਂ ਜਿਹੜੀਆਂ ਸੀਗੀਆਂ ਉਹ ਭਾਈ ਗੁਰਦਿੱਤ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਨਾਂ ਦੇ ਵਿੱਚ ਇੱਕ ਰੋਸ ਸੀਗਾ ਅਤੇ ਭਾਈ ਗੁਰਦਿੱਤ ਸਿੰਘ ਦਾ ਉਹਨਾਂ ਦੇ ਵੱਲ ਜਿਹੜੀ ਇੱਕ ਖਿੱਚ ਸੀ ਬਣੀ ਹੋਈ ਭਾਰਤੀ ਫੌਜੀਆਂ ਦੇ ਮਨਾਂ ਦੇ ਵਿੱਚ ਉਹ ਕਿਵੇਂ ਬਣੀ ਸੀ ਜੀ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਅਸਲ 'ਚ ਤਾਂ ਆਪਾਂ ਜਿਵੇਂ ਜ਼ਿਕਰ ਕਰਦੇ ਹਾਂ ਕਿ ਉੱਥੇ ਸਾਰਾ ਮਾਹੌਲ ਜਿਹੜਾ ਸੀ ਕਿ ਨਹੀਂ ਜੀ ਇਸ ਤਰ੍ਹਾਂ ਦਾ ਬਣ ਗਿਆ ਹੋਇਆ ਸੀ ਕਿ ਜਿਹੜੇ ਬਾਕੀ ਜਿਨ੍ਹਾਂ ਨੇ ਜਾਣਾ ਸੀ ਉਹਨਾਂ ਤੇ ਜਾਣਾ ਹੀ ਸੀਗਾ, ਬਿਲਕੁਲ ਜਿਨ੍ਹਾਂ ਨੇ ਨਹੀਂ ਸੀ ਜਾਣਾ ਉਹਨਾਂ ਦੇ ਮਨ ਵਿੱਚ ਵੀ ਰੋਸ ਸੀਗਾ। ਔਰ ਇਸ ਤੋਂ ਵੱਡੀ ਗੱਲ ਜਿਹੜੀ ਇਹ ਸੀਗੀ ਕਿ ਭਾਰਤੀ ਫੌਜੀਆਂ ਨੂੰ ਆਪਣੇ ਭਰਾਵਾਂ ਨਾਲ ਮਿਲ ਨਹੀਂ ਸੀ ਦਿੱਤਾ ਜਾ ਰਿਹਾ ਉੱਥੇ ਜੀ, ਕਿਉਂਕਿ ਇਸ ਕਰਕੇ ਨਹੀਂ ਸੀ ਮਿਲ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅਮਰੀਕਾ ਵਿੱਚ ਜਿਹੜੀ ਗਦਰ ਪਾਰਟੀ ਬਣੀ ਹੋਈ ਆ ਉਹ ਆਪਣੇ ਗਦਰ ਪਰਚਾ ਜਿਹੜਾ ਆ ਅਤੇ ਹੋਰ ਇਨਕਲਾਬੀ ਲਿਟਰੇਚਰ ਵੱਖ ਵੱਖ ਬਸਤੀਆਂ 'ਚ ਭੇਜਦੀ ਸੀ ਪੂਰਬੀ ਟਾਪੂਆਂ ਦੇ ਉੱਤੇ। ਹਾਂਗਕਾਂਗ ਉਹਨਾਂ ਦੇ ਵਿੱਚ ਮੁੱਖ ਅੱਡਾ ਸੀਗਾ ਔਰ ਇੱਥੇ ਗੁਰਦੁਆਰੇ ਦੇ ਵਿੱਚ ਵੀ ਗਦਰ ਅਖਬਾਰ ਜਿਹੜਾ ਸੀ ਪੜ੍ਹ ਕੇ ਸੁਣਾਇਆ ਜਾਂਦਾ ਸੀਗਾ, ਫੌਜਾਂ ਦੇ ਵਿੱਚ ਵੀ ਅਖਬਾਰ ਜਿਹੜਾ ਸੀ ਵੰਡਿਆ ਜਾਂਦਾ ਸੀ ਅਤੇ ਇੱਕ ਤਰੀਕੇ ਦੇ ਨਾਲ ਉਹਨਾਂ ਵਿੱਚ ਮੱਧਮ ਜੀ ਰਾਜਸੀ ਚੇਤਨਾ ਵੀ ਸੀ ਅਤੇ ਨਾਲ ਦੇ ਨਾਲ ਰੋਜ਼ ਉਹ ਦੇਖਦੇ ਸੀਗੇ ਸਾਡੇ ਜਿਵੇਂ ਮੈਂ ਦੱਸਿਆ ਹੈ ਕਿ ਚੀਨੀਆਂ ਅਤੇ ਜਪਾਨੀਆਂ ਦੇ ਜਹਾਜ਼ 'ਤੇ ਜਾ ਰਹੇ ਨੇ, ਸਾਡੇ ਕਿਉਂ ਨਹੀਂ ਗਏ ਜਾ ਰਹੇ, ਹੈ ਨਾ। ਇਹ ਗੱਲ ਬਾਬਾ ਹਰਨਾਮ ਸਿੰਘ ਕਾਲਾ ਸੰਘਾ ਉਸ ਵੇਲੇ ਫੌਜਾਂ ਦੇ ਵਿੱਚ ਆਪ ਜਿਹੜੇ ਬਾਅਦ ਵਿੱਚ ਗਦਰ ਪਾਰਟੀ ਦੇ ਵਿੱਚ ਬਹੁਤ ਵੱਡੇ ਆਗੂ ਦੇ ਤੌਰ 'ਤੇ ਉਹਨਾਂ ਨੇ ਕੰਮ ਕੀਤਾ, ਉਹ ਆਪ ਉਸ ਵੇਲੇ ਹਾਂਗਕਾਂਗ ਦੇ ਵਿੱਚ ਫੌਜ ਦੇ ਵਿੱਚ ਸਨ ਭਰਤੀ। ਠੀਕ ਹੈ ਜੀ। ਅਤੇ ਉਹ ਖੁਦ ਲਿਖਦੇ ਨੇ, ਕਹਿੰਦੇ ਨੇ ਕਿ ਫੌਜਾਂ ਵਿੱਚ ਇਸ ਗੱਲ ਦਾ ਬਹੁਤ ਰੋਸ ਸੀਗਾ। ਤੋ ਇਹ ਸਾਰਾ ਕੁਛ ਦੇਖ ਕੇ ਉਹਨਾਂ ਨੇ ਗੁਰਦਿੱਤ ਸਿੰਘ ਨੂੰ ਰਿਹਾ, ਪਹਿਲਾਂ ਤਾਂ ਜ਼ਮਾਨਤ 'ਤੇ ਛੱਡਿਆ ਸੀਗਾ, ਫਿਰ ਉਹਨਾਂ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। ਅਸਲ ਵਿੱਚ ਗੱਲ ਇਹ ਸੀ ਕਿ ਉਹ ਜਿਹੜੇ ਲੋਕ ਕੈਨੇਡਾ ਜਾਣ ਵਾਸਤੇ ਤਿਆਰ ਹੋਏ ਸਨ ਉਹਨਾਂ ਨੂੰ ਡਿਸਕਰਜ ਕਰਨਾ ਚਾਹੁੰਦੇ ਸੀ, ਉਹਨਾਂ ਦਾ ਦਿਲ ਤੋੜਨਾ ਚਾਹੁੰਦੇ ਸੀ। ਭਾਈ ਆਪਾਂ ਕਹਿੰਦੇ ਵੀ ਜੇ ਤੁਰਨ ਲੱਗੇ ਇਸ ਤਰ੍ਹਾਂ ਦੀਆਂ ਰੁਕਾਵਟਾਂ ਆ ਗਈਆਂ ਤਾਂ ਪਤਾ ਨਹੀਂ ਇਹ ਗੱਲ ਸਿਰੇ ਲੱਗਣੀ ਵੀ ਹੈ ਕਿ ਨਹੀਂ ਲੱਗਣੀ, ਅਗਲਿਆਂ ਦੇ ਮਨ ਵਿੱਚ ਸ਼ੱਕ ਪੈਦਾ ਕਰਨ ਵਾਲੀ ਗੱਲ ਸੀ। ਅਤੇ ਕੋਈ ਵੀ ਬੰਦਾ ਜਿਹੜਾ ਆ ਉਹ ਪੈਸੇ ਆਪਣੇ ਰਿਸਕ ਦੇ ਉੱਤੇ ਨਹੀਂ ਸੀ ਲਾ ਸਕਦਾ। ਤੋ ਜਿ ਭਾਈ ਗੁਰਦਿੱਤ ਸਿੰਘ ਨੇ 500 ਟਿਕਟ ਪਾਸ ਜਿਹੜੇ ਸਨ ਕਿ ਨਹੀਂ ਜਹਾਜ਼ ਵਾਸਤੇ ਉਹ ਤਿਆਰ ਕੀਤੇ ਹੋਏ ਸੀਗੇ ਜੀ, ਅਤੇ ਪਰ ਜੇਲ੍ਹ ਗ੍ਰਿਫਤਾਰ ਹੋਣ ਤੋਂ ਬਾਅਦ ਸਿਰਫ 165 ਬੰਦੇ ਰਹਿ ਗਏ ਜਾਣ ਵਾਸਤੇ ਜੀ, ਮਤਲਬ ਲੋਕ ਜਿਹੜੇ ਸੀ ਉਹ ਝਿਜਕ ਗਏ, ਡਰ ਗਏ। ਜਦੋਂ ਇਹ ਮਾਹੌਲ ਦੇਖਿਆ ਨਾ ਤਾਂ ਇੱਕ ਵਾਰ ਗੁਰਦਿੱਤ ਸਿੰਘ ਦੇ ਮਨ ਵਿੱਚ ਆਇਆ ਵੀ ਇਹ ਤਾਂ ਬਿਲਕੁਲ ਘਾਟੇ ਦਾ ਸੌਦਾ ਹੈ ਜੀ, ਅਤੇ ਉਹਨੇ ਕਿਹਾ ਵੀ ਭਾਈ ਤੁਸੀਂ ਆਪਣੇ ਜਿਹੜੇ 165 ਬੰਦੇ ਹੋ ਕਿ ਨਹੀਂ ਵੀ ਤੁਸੀਂ ਆਪਣੇ ਪੈਸੇ ਮੇਰੇ ਤੋਂ ਵਾਪਸ ਲੈ ਲਓ ਅਤੇ ਆਪਾਂ ਜਹਾਜ਼ ਖੜ੍ਹਦੇ ਨਹੀਂ ਹੈਗੇ, ਜਿਹੜਾ ਮੇਰਾ ਖਰਚਾ ਹੋ ਗਿਆ ਉਹ ਮੈਨੂੰ ਘਾਟਾ ਪੈ ਗਿਆ, ਕੋਈ ਗੱਲ ਨਹੀਂ। ਪਰ ਉਹਨਾਂ ਬੰਦਿਆਂ ਨੇ ਕਿਹਾ ਵੀ ਨਹੀਂ ਆਪਾਂ ਚੱਲੀਏ, ਹਰ ਹਾਲਤ 'ਚ ਆਪਾਂ ਨੂੰ ਜਾਣਾ ਚਾਹੀਦਾ, ਆਪਾਂ ਅੱਗੇ ਸ਼ੰਘਾਈ ਵੀ ਰੁਕਣਾ, ਆਪਣੇ ਜਹਾਜ਼ ਨੇ ਮੌਜੀ ਵੀ ਰੁਕਣਾ ਆ, ਕੋਬੇ ਵੀ ਰੁਕਣਾ ਆ, ਯੋਕੋਹਾਮਾ ਵੀ ਰੁਕਣਾ ਆ, ਆਪਾਂ ਉੱਥੇ ਲੋੜੀਂਦੀਆਂ ਸਵਾਰੀਆਂ ਜਿਹੜੀਆਂ ਆਪਾਂ ਨੂੰ ਉੱਥੋਂ ਮਿਲ ਸਕਦੀਆਂ ਨੇ, ਕਿਉਂਕਿ ਸਾਰੇ ਥਾਵਾਂ 'ਤੇ ਅੱਗੇ ਵੀ ਪ੍ਰਚਾਰ ਹੋ ਰਿਹਾ ਸੀਗਾ ਅਤੇ ਅਗਲੀਆਂ ਬੰਦਰਗਾਹਾਂ 'ਤੇ ਵੀ ਇੱਕ ਜਹਾਜ਼ ਜਿਹੜਾ ਉਹ ਕਾਮਾਗਾਟਾ ਮਾਰੂ ਜਾ ਰਿਹਾ ਕੈਨੇਡਾ ਨੂੰ ਅਤੇ ਉੱਥੇ ਵੀ ਸਵਾਰੀਆਂ ਤਿਆਰ ਹੋਣ ਦੀ ਸੂਚਨਾ ਮਿਲੀ ਹੋਈ ਸੀ। ਤੋ ਗੁਰਦਿੱਤ ਸਿੰਘ ਜਿਹੜਾ ਸੀਗਾ ਉਹਨੇ ਇਹ ਘਾਟੇ ਦਾ ਸੌਦਾ ਵੀ ਜਿਹੜਾ ਸੀ ਕਿ ਨਹੀਂ ਉਹ ਕਰਨਾ ਪ੍ਰਵਾਨ ਕਰ ਲਿਆ ਵੀ ਕੋਈ ਗੱਲ ਨਹੀਂ ਦੇਖੀ ਜਾਊਗੀ, ਇਹ ਜਿਹੜੀ ਗੱਲ ਸੀਗੀ। ਅਤੇ ਜਦੋਂ ਉਹਨੇ ਆਪਣੇ ਕਪਤਾਨ ਨੂੰ ਕਿਹਾ ਕਿ ਆਪਾਂ ਹੁਣ ਜਹਾਜ਼ ਨੂੰ ਰਵਾਨਾ ਕਰੀਏ ਅਤੇ ਕਪਤਾਨ ਨੇ ਕਿਹਾ ਵੀ ਜਿਹੜਾ ਗਵਰਨਰ ਹੈ ਨਾ ਇੱਥੋਂ ਦਾ ਹਾਂਗਕਾਂਗ ਦਾ ਜੀ ਉਹਦੇ ਵੱਲੋਂ ਇੱਕ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਂਦਾ ਹੈ, ਉਹਦੇ ਉੱਤੇ ਦਸਖਤ ਕਰਨੇ ਹੁੰਦੇ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਹਾਂਗਕਾਂਗ ਦੀ ਬੰਦਰਗਾਹ ਤੋਂ ਇਹ ਜਹਾਜ਼ ਜਿਹੜਾ ਹੈ ਕੈਨੇਡਾ ਨੂੰ ਜਾਣਾ ਚਾਹ ਰਿਹਾ ਤਾਂ ਜਾਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਮੁਤਾਬਕ, ਅਤੇ ਗਵਰਨਰ ਜਿਹੜਾ ਉਹ ਉਹਨੇ ਦਸਖਤ ਨਹੀਂ ਕੀਤੇ, ਇਹ ਜਹਾਜ਼ੀ ਕੰਪਨੀ ਦਾ ਕੰਮ ਸੀਗਾ। ਉਹਨੇ ਕਿਹਾ ਵੀ ਤੁਸੀਂ ਕੋਸ਼ਿਸ਼ ਕਰਨੀ ਸੀ, ਕਹਿੰਦਾ ਜੀ ਮੈਂ ਵਾਰ ਵਾਰ ਕੋਸ਼ਿਸ਼ ਕੀਤੀ ਆ ਪਰ ਮੈਨੂੰ ਜਿਹੜਾ ਇਹ ਵਾਰ ਵਾਰ ਟਾਲਾ ਮਟੋਲਾ ਜਿਹੜਾ ਕੀਤਾ ਜਾ ਰਿਹਾ, ਠੀਕ ਹੈ ਨਾ। ਤਾਂ ਉਹਨੇ ਫਿਰ ਆਪਣੇ ਵਕੀਲ ਦੇ ਰਾਹੀਂ
क्योंकि वो असीं दस रहे बार बार के वो अक्सर ही मुकदमे के उलझा रहा तो उन्हों कानूनी प्रक्रिया के राही अपना इंसाफ लैन की जाच सी। उन्हें यह कहा कि जे सानू दस्खत ना करके दिते गए जां साडा जहाज़ ना तुरन दिता गया तो मेरा जिहड़ा कि नहीं एक लख जिहड़ा रुपया डालर आ कि नहीं वह खर्च होना ये उत्ते तो वह सारा जिहड़ा वह सरकार की जिम्मेवारी होगी। तो एक अजे मतलब वो सड़क के उत्ते दो चार जने ना गल्लां करदे पए सी ते इन्ने चिर नूं एक कोई गोरा अफसर रिक्शे उत्ते जा रहा सीगा ते उहने गुरदित सिंह दा नां लै के ते उहनूं आवाज़ मारी जी। गुरदित सिंह उहदे वल गया, उहने देखिया कि यह बंदा जिहड़ा है ते मैं पहलां कितें देखिया होया ते वह असल च जिहड़ी किसी पहला स्टेट विच गुरदित सिंह काम करदा हुंदा सी ना उत्थे वह बंदा जिहड़ा सीगा वह मजिस्ट्रेट सीगा। ठीक है। तो नाम से मिस्टर सैवरन जी। मिस्टर सैवरन जिहड़ा है ना वो अजकल इतने कलोनील का कलोनील सैकटरी से वो इस अहुदे ते तैनात सीगा। असल में जिहड़ा उतों का गवर्नर से मिस्टर मे वो इन्हों दिनों दे विच फरलो ते गया होया सीगा ते उहदे तो बाद जिहड़ा सी ना ये मिस्टर सैवरन ये गवर्नर के तौर उत्ते कार्यशील सीगा, कार्यकारी गवर्नर सीगा। उन्हें गुरदित सिंह नूं कहा, गवर्नर के नाल ही गुरदित सिंह का काम सीगा भी उन्हें दस्खत नहीं किए। उन्हें कहा कि मैं तेनों मिलना चाहुंदा आ ते तू कल मैनू मेरे दफ्तर मिल जी। गुरदित सिंह ने कहा कि मैं तेनों तेरे दफ्तर च मिलांगा। डॉक्टर साहब दफ्तर दे विच जाके फिर की उन्होंने उस जिहड़ा जी क्लीयरेंस सर्टिफिकेट के उपर साइन किए जां उन्होंने आग्या मिल गई जाण दी इह वी जाणदे आ, पर एक छोटी जी ब्रेक तो बाद जी। प्राइम एशिया टीवी दिल दीआं गहराइयां चों आप सब वल्लों दित्ते प्यार लई धन्नवादी है कि थोड़े जे समें विच ही तुसीं सानूं घर घर दी पसंद बना दित्ता है। अजिहे च असीं पहलां नालों वी ज़्यादा मेहनत नाल होर नवें प्रोग्राम लैके आ रहे हैं, पर तुहाडे साथ तों बिना असीं कुछ वी नहीं हाँ। सो यूट्यूब ते साडा चैनल सबसक्राइब करना ना भुलना ते बैल दा बटन जरूर दबाउणा तां जो नवें प्रोग्रामां दा नोटिफिकेशन तुहानूं मिल सके। इन्हां प्लेटफॉर्म्स ते वी तुसीं सानूं देख सकदे हो ते इस दे नाल ही इन्हां सारे प्लेटफॉर्म्स ते वी असीं अवेलेबल हाँ ते साडा फेसबुक पेज वी लाइक करना। प्राइम एशिया टीवी तुहाडा अपना तुहाडे लई। ब्रेक तो बाद एक बार फिर तुहाडे सारयां दा स्वागत है जी प्राइम हिस्ट्री प्रोग्राम दे विच। ब्रेक तो पहलां डॉक्टर संधू जिक्र कर रहे सी कि कामागाटा मारू जहाज़ नूं हांगकांग तो तुरन तो पहलां ही जी रोक लिया गया ते भाई गुरदित सिंह नूं गिरफ्तार कर लिया गया ते भाई गुरदित सिंह हुणां दी गिरफ्तारी दे रोस दे विच भारतीय फौजां वी जिहड़ियां उह वी गुस्से दे विच आ गईआं। सो इह अगली जानकारी आपां लैंदे आं डॉक्टर संधू हुणां कोल। डॉक्टर साहब हांगकांग दे विच स्थित भारतीय फौजां जिहड़ियां सीगियां उह भाई गुरदित सिंह दी गिरफ्तारी नूं लै के उहनां दे विच इक रोस सीगा ते भाई गुरदित सिंह दा उन्हां दे वल जिहड़ी इक खिच सी बणी हुई भारतीय फौजियां दे मनां दे विच उह किवें बणी सी जी, उहदे बारे थोड़ा जिहा दस्सो। असल च ते आपां जिवें जिक्र करदे आ कि उत्थे सारा माहौल ही जिहड़ा सी कि नहीं जी इस तरां दा बण गया होया सी कि जिहड़े बाकी जिन्हां ने जाणा सी उहनां ते जाणा ही सीगा, बिल्कुल जिन्हां ने नहीं सी जाणा उहनां दे मन विच वी रोस सीगा। और इस तों वड्डी गल जिहड़ी इह सीगी कि भारतीय फौजियां नूं आपणे भरावां नाल मिल नहीं सी दित्ता जा रिहा उत्थे जी, क्यों इस करके नहीं मिल दिता जा रहा क्योंकि उन्होंने पता लग गया सी कि अमरीका विच जिहड़ी गदर पार्टी बनी हुई है वो अपने गदर परचा जिहड़ा आ ते होर इनकलाबी लिटरेचर वख वख बस्तियां च भेजदी सी पूर्वी टापुआं दे उत्ते। हांगकांग उन्हां दे विच मुख अड्डा सीगा और इत्थे गुरुद्वारे दे विच भी गदर अखबार जिहड़ा सी पढ़ के सुनाया जांदा सीगा, फौजां दे विच भी अखबार जिहड़ा सी वंडिया जांदा सी ते इक तरीके दे नाल उन्हां विच मध्यम जी राजसी चेतना भी सी ते नाल दे नाल रोज़ वो देखदे सीगे साडे जिवें मैं दस्सिया है कि चीनिया ते जापानिया दे जहाज़ दे जा रहे ने साडे क्यों नहीं गए जा रहे, है ना। यह गल बाबा हरनाम सिंह काला संघा उस वेले फौजां दे विच आप जिहड़े बाद विच गदर पार्टी दे विच बहुत वड्डे आगू दे तौर ते उन्होंने काम किया वो आप उस वेले हांगकांग दे विच फौज दे विच सन भर्ती। ठीक है। तो वो खुद लिखते ने कहते ने कि फौजां विच इस गल का बहुत रोस सीगा। तो यह सारा कुछ देख के उन्होंने गुरदित सिंह नूं रिहा पहला तो जमानत पर छड्डिया सीगा फिर उन्होंने उन्होंने रिहा कर दिता। असल विच गल ये सी कि वो जिहड़े लोग कनेडा जाण वास्ते तैयार होए सन उन्होंने
ਡਿਸਕਰਜ ਕਰਨਾ ਚਾਹੁੰਦੇ ਸੀ, ਉਹਨਾਂ ਦਾ ਦਿਲ ਤੋੜਨਾ ਚਾਹੁੰਦੇ ਸੀ। ਭਾਈ ਆਪਾਂ ਕਹਿੰਦੇ ਵੀ ਜੇ ਤੁਰਨ ਲੱਗੇ ਇਸ ਤਰ੍ਹਾਂ ਦੀਆਂ ਰੁਕਾਵਟਾਂ ਆ ਗਈਆਂ ਤਾਂ ਪਤਾ ਨਹੀਂ ਇਹ ਗੱਲ ਸਿਰੇ ਲੱਗਣੀ ਵੀ ਹੈ ਕਿ ਨਹੀਂ ਲੱਗਣੀ। ਅਗਲਿਆਂ ਦੇ ਮਨ ਵਿੱਚ ਸ਼ੱਕ ਪੈਦਾ ਕਰਨ ਵਾਲੀ ਗੱਲ ਸੀ ਅਤੇ ਕੋਈ ਵੀ ਬੰਦਾ ਜਿਹੜਾ ਆ ਉਹ ਪੈਸੇ ਆਪਣੇ ਰਿਸਕ ਦੇ ਉੱਤੇ ਨਹੀਂ ਸੀ ਲਾ ਸਕਦਾ। ਤੋ ਜਿੱਤ ਭਾਈ ਗੁਰਦਿੱਤ ਸਿੰਘ ਨੇ 500 ਟਿਕਟ ਪਾਸ ਜਿਹੜੇ ਸਨ ਕਿ ਨਹੀਂ ਜਹਾਜ਼ ਵਾਸਤੇ ਉਹ ਤਿਆਰ ਕੀਤੇ ਹੋਏ ਸੀਗੇ ਜੀ, ਅਤੇ ਪਰ ਜੇਲ੍ਹ ਗ੍ਰਿਫਤਾਰ ਹੋਣ ਤੋਂ ਬਾਅਦ ਸਿਰਫ 165 ਬੰਦੇ ਰਹਿ ਗਏ ਜਾਣ ਵਾਸਤੇ ਜੀ। ਮਤਲਬ ਲੋਕ ਜਿਹੜੇ ਸੀ ਉਹ ਝਿਜਕ ਗਏ, ਡਰ ਗਏ। ਜਦੋਂ ਇਹ ਮਾਹੌਲ ਦੇਖਿਆ ਨਾ ਤਾਂ ਇੱਕ ਵਾਰ ਗੁਰਦਿੱਤ ਸਿੰਘ ਦੇ ਮਨ ਵਿੱਚ ਆਇਆ ਵੀ ਇਹ ਤਾਂ ਬਿਲਕੁਲ ਘਾਟੇ ਦਾ ਸੌਦਾ ਹੈ ਜੀ। ਉਹਨੇ ਕਿਹਾ ਵੀ ਭਾਈ ਤੁਸੀਂ ਆਪਣੇ ਜਿਹੜੇ 165 ਬੰਦੇ ਹੋ ਕਿ ਨਹੀਂ ਵੀ ਤੁਸੀਂ ਆਪਣੇ ਪੈਸੇ ਮੇਰੇ ਤੋਂ ਵਾਪਸ ਲੈ ਲਓ ਅਤੇ ਆਪਾਂ ਜਹਾਜ਼ ਖੜ੍ਹਦੇ ਨਹੀਂ ਹੈਗੇ, ਜਿਹੜਾ ਮੇਰਾ ਖਰਚਾ ਹੋ ਗਿਆ ਉਹ ਮੈਨੂੰ ਘਾਟਾ ਪੈ ਗਿਆ, ਕੋਈ ਗੱਲ ਨਹੀਂ। ਪਰ ਉਹਨਾਂ ਬੰਦਿਆਂ ਨੇ ਕਿਹਾ ਵੀ ਨਹੀਂ ਆਪਾਂ ਚੱਲੀਏ, ਹਰ ਹਾਲਤ 'ਚ ਆਪਾਂ ਨੂੰ ਜਾਣਾ ਚਾਹੀਦਾ, ਆਪਾਂ ਅੱਗੇ ਅੱਗੇ ਸ਼ੰਘਾਈ ਵੀ ਰੁਕਣਾ, ਆਪਣੇ ਜਹਾਜ਼ ਨੇ ਮੌਜੀ ਵੀ ਰੁਕਣਾ ਆ, ਕੋਬੇ ਵੀ ਰੁਕਣਾ ਆ, ਯੋਕੋਹਾਮਾ ਵੀ ਰੁਕਣਾ ਆ, ਆਪਾਂ ਉੱਥੇ ਲੋੜੀਂਦੀਆਂ ਸਵਾਰੀਆਂ ਜਿਹੜੀਆਂ ਆਪਾਂ ਨੂੰ ਉੱਥੋਂ ਮਿਲ ਸਕਦੀਆਂ ਨੇ, ਕਿਉਂਕਿ ਸਾਰੇ ਥਾਵਾਂ 'ਤੇ ਅੱਗੇ ਵੀ ਪ੍ਰਚਾਰ ਹੋ ਰਿਹਾ ਸੀਗਾ ਅਤੇ ਅਗਲੀਆਂ ਬੰਦਰਗਾਹਾਂ 'ਤੇ ਵੀ ਇੱਕ ਜਹਾਜ਼ ਜਿਹੜਾ ਉਹ ਕਾਮਾ ਗਾਟਾ ਮਾਰੂ ਜਾ ਰਿਹਾ ਕੈਨੇਡਾ ਨੂੰ ਅਤੇ ਉੱਥੇ ਵੀ ਸਵਾਰੀਆਂ ਤਿਆਰ ਹੋਣ ਦੀ ਸੂਚਨਾ ਮਿਲੀ ਹੋਈ ਸੀ। ਤੋ ਗੁਰਦਿੱਤ ਸਿੰਘ ਜਿਹੜਾ ਸੀਗਾ ਉਹਨੇ ਇਹ ਘਾਟੇ ਦਾ ਸੌਦਾ ਵੀ ਜਿਹੜਾ ਸੀ ਕਿ ਨਹੀਂ ਉਹ ਕਰਨਾ ਪ੍ਰਵਾਨ ਕਰ ਲਿਆ ਵੀ ਕੋਈ ਗੱਲ ਨਹੀਂ ਦੇਖੀ ਜਾਊਗੀ, ਇਹ ਜਿਹੜੀ ਗੱਲ ਸੀਗੀ। ਅਤੇ ਜਦੋਂ ਉਹਨੇ ਆਪਣੇ ਕਪਤਾਨ ਨੂੰ ਕਿਹਾ ਕਿ ਆਪਾਂ ਹੁਣ ਜਹਾਜ਼ ਨੂੰ ਰਵਾਨਾ ਕਰੀਏ ਅਤੇ ਕਪਤਾਨ ਨੇ ਕਿਹਾ ਵੀ ਜਿਹੜਾ ਗਵਰਨਰ ਹੈ ਨਾ ਇੱਥੋਂ ਦਾ ਹਾਂਗਕਾਂਗ ਦਾ ਜੀ, ਉਹਦੇ ਵੱਲੋਂ ਇੱਕ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਂਦਾ ਹੈ, ਉਹਦੇ ਉੱਤੇ ਦਸਖਤ ਕਰਨੇ ਹੁੰਦੇ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਹਾਂਗਕਾਂਗ ਦੀ ਬੰਦਰਗਾਹ ਤੋਂ ਇਹ ਜਹਾਜ਼ ਜਿਹੜਾ ਹੈ ਕੈਨੇਡਾ ਨੂੰ ਜਾਣਾ ਚਾਹ ਰਿਹਾ ਤਾਂ ਜਾਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਮੁਤਾਬਕ। ਅਤੇ ਗਵਰਨਰ ਜਿਹੜਾ ਉਹਨੇ ਦਸਖਤ ਨਹੀਂ ਕੀਤੇ, ਇਹ ਜਹਾਜ਼ੀ ਕੰਪਨੀ ਦਾ ਕੰਮ ਸੀਗਾ। ਉਹਨੇ ਕਿਹਾ ਵੀ ਤੁਸੀਂ ਕੋਸ਼ਿਸ਼ ਕਰਨੀ ਸੀ, ਕਹਿੰਦਾ ਜੀ ਮੈਂ ਵਾਰ ਵਾਰ ਕੋਸ਼ਿਸ਼ ਕੀਤੀ ਆ ਪਰ ਮੈਨੂੰ ਜਿਹੜਾ ਇਹ ਵਾਰ ਵਾਰ ਟਾਲਾ ਮਟੋਲਾ ਜਿਹੜਾ ਕੀਤਾ ਜਾ ਰਿਹਾ, ਠੀਕ ਹੈ ਨਾ। ਤਾਂ ਉਹਨੇ ਫਿਰ ਆਪਣੇ ਵਕੀਲ ਦੇ ਰਾਹੀਂ, ਕਿਉਂਕਿ ਉਹ ਅਸੀਂ ਦੱਸ ਰਹੇ ਵਾਰ ਵਾਰ ਕਿ ਉਹ ਅਕਸਰ ਹੀ ਮੁਕੱਦਮਿਆਂ ਦੇ ਵਿੱਚ ਉਲਝਿਆ ਰਹਿੰਦਾ ਸੀਗਾ ਅਤੇ ਉਹਨੂੰ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਆਪਣਾ ਇਨਸਾਫ ਲੈਣ ਦੀ ਜਾਚ ਸੀਗੀ। ਉਹਨੇ ਇਹ ਕਿਹਾ ਕਿ ਜੇ ਸਾਨੂੰ ਦਸਖਤ ਨਾ ਕਰਕੇ ਦਿੱਤੇ ਗਏ ਜਾਂ ਸਾਡਾ ਜਹਾਜ਼ ਨਾ ਤੁਰਨ ਦਿੱਤਾ ਗਿਆ ਤਾਂ ਮੇਰਾ ਜਿਹੜਾ ਕਿ ਨਹੀਂ 1,00,000 ਜਿਹੜਾ ਰੁਪਈਆ ਡਾਲਰ ਆ ਕਿ ਨਹੀਂ ਉਹ ਖਰਚ ਹੋਣਾ ਇਹਦੇ ਉੱਤੇ ਅਤੇ ਉਹ ਸਾਰਾ ਜਿਹੜਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਤੋ ਇੱਕ ਅਜੇ ਮਤਲਬ ਉਹ ਸੜਕ ਦੇ ਉੱਤੇ 2-4 ਜਾਣੇ ਨਾ ਗੱਲਾਂ ਕਰਦੇ ਪਏ ਸੀ ਅਤੇ ਇੰਨੇ ਚਿਰ ਨੂੰ ਇੱਕ ਕੋਈ ਗੋਰਾ ਅਫਸਰ ਰਿਕਸ਼ੇ ਉੱਤੇ ਜਾ ਰਿਹਾ ਸੀਗਾ ਅਤੇ ਉਹਨੇ ਗੁਰਦਿੱਤ ਸਿੰਘ ਦਾ ਨਾਂ ਲੈ ਕੇ ਅਤੇ ਉਹਨੂੰ ਆਵਾਜ਼ ਮਾਰੀ ਜੀ। ਗੁਰਦਿੱਤ ਸਿੰਘ ਉਹਦੇ ਵੱਲ ਗਿਆ, ਉਹਨੇ ਦੇਖਿਆ ਕਿ ਇਹ ਬੰਦਾ ਜਿਹੜਾ ਹੈ ਤਾਂ ਮੈਂ ਪਹਿਲਾਂ ਕਿਤੇ ਦੇਖਿਆ ਹੋਇਆ ਅਤੇ ਉਹ ਅਸਲ 'ਚ ਜਿਹੜੀ ਕਿਸੇ ਪਹਿਲਾਂ ਸਟੇਟ ਵਿੱਚ ਗੁਰਦਿੱਤ ਸਿੰਘ ਕੰਮ ਕਰਦਾ ਹੁੰਦਾ ਸੀ ਨਾ ਉੱਥੇ ਉਹ ਬੰਦਾ ਜਿਹੜਾ ਸੀਗਾ ਉਹ ਮੈਜਿਸਟਰੇਟ ਸੀਗਾ ਠੀਕ ਹੈ ਅਤੇ ਉਹਦਾ ਨਾਂ ਸੀ ਮਿਸਟਰ ਸੈਵਰਨ ਜੀ। ਮਿਸਟਰ ਸੈਵਰਨ ਜਿਹੜਾ ਹੈ ਨਾ ਉਹ ਅੱਜ ਕੱਲ੍ਹ ਇੱਥੇ ਕਲੋਨੀਅਲ ਸੈਕਟਰੀ ਸੀ, ਉਹ ਇਸ ਅਹੁਦੇ 'ਤੇ ਤਾਇਨਾਤ ਸੀਗਾ। ਅਸਲ ਵਿੱਚ ਜਿਹੜਾ ਉੱਥੋਂ ਦਾ ਗਵਰਨਰ ਸੀ ਮਿਸਟਰ ਮੇ ਉਹ ਇਹਨਾਂ ਦਿਨਾਂ ਦੇ ਵਿੱਚ ਫਰਲੋ 'ਤੇ ਗਿਆ ਹੋਇਆ ਸੀਗਾ ਅਤੇ ਉਹਦੇ ਤੋਂ ਬਾਅਦ ਜਿਹੜਾ ਸੀ ਨਾ ਇਹ ਮਿਸਟਰ ਸੈਵਰਨ ਇਹ ਗਵਰਨਰ ਦੇ ਤੌਰ ਉੱਤੇ ਕਾਰਜਸ਼ੀਲ ਸੀਗਾ, ਕਾਰਜਕਾਰੀ ਗਵਰਨਰ ਸੀਗਾ। ਉਹਨੇ ਗੁਰਦਿੱਤ ਸਿੰਘ ਨੂੰ ਕਿਹਾ, ਗਵਰਨਰ ਦੇ ਨਾਲ ਹੀ ਗੁਰਦਿੱਤ ਸਿੰਘ ਦਾ ਕੰਮ ਸੀਗਾ ਵੀ ਉਹਨੇ ਦਸਖਤ ਨਹੀਂ ਕੀਤੇ। ਉਹਨੇ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਅਤੇ ਤੂੰ ਕੱਲ੍ਹ ਮੈਨੂੰ ਮੇਰੇ ਦਫ਼ਤਰ ਮਿਲ ਜੀ। ਗੁਰਦਿੱਤ ਸਿੰਘ ਨੇ ਕਿਹਾ ਕਿ ਮੈਂ ਤੈਨੂੰ ਤੇਰੇ ਦਫ਼ਤਰ 'ਚ ਮਿਲਾਂਗਾ। ਡਾਕਟਰ ਸਾਹਿਬ ਦਫ਼ਤਰ ਦੇ ਵਿੱਚ ਜਾ ਕੇ ਫਿਰ ਕੀ ਉਹਨਾਂ ਨੇ ਉਸ ਜਿਹੜਾ ਜੀ ਕਲੀਅਰੈਂਸ ਸਰਟੀਫਿਕੇਟ ਦੇ ਉੱਪਰ ਸਾਈਨ ਕੀਤੇ ਜਾਂ ਉਹਨਾਂ ਨੂੰ ਆਗਿਆ ਮਿਲ ਗਈ ਜਾਣ ਦੀ, ਇਹ ਵੀ ਜਾਣਦੇ ਹਾਂ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ ਬੈੱਲ ਸੈਟੇਲਾਈਟ ਚੈਨਲ ਨੰਬਰ 685, ਬੈੱਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਵਾਚ ਅਸ ਵਰਲਡ ਵਾਈਡ ਔਨ ਯੱਪ ਟੀਵੀ, ਐਪਲ ਟੀਵੀ, ਸਮਾਰਟ ਟੀਵੀ, ਐਕਸਬਾਕਸ, PS4, ਐਮਾਜ਼ਾਨ ਫਾਸਟਿਕ, ਰੋਕੂ ਐਂਡ ਅਦਰ ਪਲੇਟਫਾਰਮਸ। ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਸਭ ਤੋਂ ਜ਼ਰੂਰੀ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ।
ਬ੍ਰੇਕ ਤੋਂ ਪਹਿਲਾਂ ਡਾਕਟਰ ਸੰਧੂ ਸਾਨੂੰ ਦੱਸ ਰਹੇ ਸੀ ਕਿ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਨੂੰ ਕਿਵੇਂ ਹਾਂਗਕਾਂਗ ਦੀ ਬੰਦਰਗਾਹ ਦੇ ਉੱਪਰ ਰੋਕ ਲਿਆ ਗਿਆ ਅਤੇ ਉੱਥੋਂ ਦੇ ਗਵਰਨਰ ਨੇ ਉਹਨਾਂ ਨੂੰ ਕਲੀਅਰੈਂਸ ਸਰਟੀਫਿਕੇਟ ਨਹੀਂ ਸੀ ਦਿੱਤਾ ਅਤੇ ਅਚਾਨਕ ਇੱਕ ਦਿਨ ਜਦੋਂ ਭਾਈ ਗੁਰਦਿੱਤ ਸਿੰਘ ਦੀ ਮੁਲਾਕਾਤ ਉੱਥੋਂ ਦੇ ਕਾਰਜਕਾਰੀ ਗਵਰਨਰ ਦੇ ਨਾਲ ਹੋ ਜਾਂਦੀ ਹੈ ਅਤੇ ਫਿਰ ਉਹ ਉਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਉਂਦਾ ਹੈ। ਅੱਗੇ ਕੀ ਹੋਇਆ ਇਹ ਜਾਣਦੇ ਹਾਂ ਡਾਕਟਰ ਸੰਧੂ ਹੁਣਾਂ ਕੋਲ। ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀ ਅਚਾਨਕ ਇੱਕ ਦਿਨ ਗੱਲਾਂ ਕਰਦੇ ਕਰਦੇ ਸਹਿਮਣੀ ਕੋਲੋਂ ਕੋਈ ਗੋਰਾ ਨਿਕਲਿਆ ਅਤੇ ਉਹਨੇ ਭਾਈ ਗੁਰਦਿੱਤ ਸਿੰਘ ਨੂੰ ਪਛਾਣ ਲਿਆ ਅਤੇ ਉਹ ਉਸ ਵੇਲੇ ਦਾ ਕਾਰਜਕਾਰੀ ਗਵਰਨਰ ਸੀ ਅਤੇ ਉਹਨੇ ਜਦੋਂ ਗੁਰਦਿੱਤ ਸਿੰਘ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਤਾਂ ਉਸ ਤੋਂ ਬਾਅਦ ਉਹਨਾਂ ਦੀ ਕੀ ਗੱਲਬਾਤ ਹੋਈ ਜੀ, ਕੋਈ ਸਿੱਟਾ ਨਿਕਲਿਆ? ਦਫ਼ਤਰ ਜਿਸ ਵੇਲੇ ਗੁਰਦਿੱਤ ਸਿੰਘ ਅਗਲੇ ਦਿਨ ਉਹਨੂੰ ਮਿਲਦਾ ਹੈ ਜੀ ਅਤੇ ਉਹਨੇ ਆਪਣਾ ਬੁਨਿਆਦੀ ਸਵਾਲ ਪਾਇਆ ਕਿ ਸਾਨੂੰ ਤੁਸੀਂ ਜਾਣ ਦੀ ਆਗਿਆ ਕਿਉਂ ਨਹੀਂ ਦੇ ਰਹੇ, ਸਾਡੇ ਦਸਖਤ ਕਿਉਂ ਨਹੀਂ ਕਰਕੇ ਦਿੰਦੇ ਤੁਸੀਂ ਜੀ ਅਤੇ ਉਹਨੇ ਕਿਹਾ ਕਿ ਮੈਂ 6 ਦਿਨ ਪਹਿਲਾਂ ਨਾ ਜੀ ਕੈਨੇਡਾ ਦੀ ਸਰਕਾਰ ਨੂੰ ਅਤੇ ਇੰਗਲੈਂਡ ਦੀ ਸਰਕਾਰ ਨੂੰ ਅਤੇ ਭਾਰਤ ਦੀ ਸਰਕਾਰ ਨੂੰ ਤਾਰਾਂ ਦਿੱਤੀਆਂ ਸੀ ਉਸ ਗਵਰਨਰ ਨੇ ਕਿ ਇੱਥੋਂ ਇੱਕ ਆਪਣੇ ਵੱਲੋਂ ਦਿੱਤੀਆਂ ਸੀ ਜਾਂ ਜਿਹੜਾ ਗਵਰਨਰ ਮੇ ਸੀਗਾ ਉਹਦੇ ਵੱਲੋਂ ਦਿੱਤੀਆਂ ਸੀਗੀਆਂ, ਹੈ ਨਾ। ਇਹ ਜਿਹੜਾ ਭਾਈ ਗੁਰਦਿੱਤ ਸਿੰਘ ਇਹ ਸੈਵਰਨ ਦੇ ਹਵਾਲੇ ਨਾਲ ਗੱਲ ਕਰਦਾ ਜੀ ਅਤੇ ਉਹ ਕਹਿੰਦਾ ਕਿ ਮੈਂ ਤਾਰਾਂ ਦਿੱਤੀਆਂ ਸੀ, 6 ਦਿਨ ਹੋ ਗਏ ਆ, ਤਾਰ ਦਾ ਜਵਾਬ ਅਗਲੇ ਦਿਨ ਤੱਕ ਆ ਜਾਣਾ ਚਾਹੀਦਾ ਸੀ, 6 ਦਿਨ ਤੱਕ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਇਸ ਕਰਕੇ ਮੈਂ ਤੁਹਾਨੂੰ ਦਸਖਤ ਕਰ ਦਿੰਦਾ ਅਤੇ ਤੁਹਾਨੂੰ ਮੈਂ ਇੱਥੋਂ ਆਪਣਾ ਜਹਾਜ਼ ਲਿਜਾਣ ਦੀ ਆਗਿਆ ਦੇ ਦਿੰਦਾ ਹਾਂ, ਪਰ ਤੁਹਾਨੂੰ ਪਹਿਲਾਂ ਮੇਰੇ ਕੁਛ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਉਹਨਾਂ ਕਿਹਾ ਵੀ ਠੀਕ ਹੈ। ਪਹਿਲਾਂ ਉਹਨੇ ਪੁੱਛਿਆ ਕਿ ਤੁਹਾਡਾ ਬਾਹਰ ਜਾਣ ਦਾ ਮਕਸਦ ਕੀ ਹੈ? ਉਹਨੇ ਕਿਹਾ ਜੀ ਮੇਰਾ ਮਕਸਦ ਬਾਹਰ ਜਾਣ ਦਾ ਬਿਲਕੁਲ ਬੜਾ ਸਾਫ਼ ਹੈਗਾ, ਮੈਂ ਆਪਣੀ ਅਤੇ ਆਪਣੇ ਲੋਕਾਂ ਦੀ ਜਿਹੜੀ ਪਦਾਰਥਕ ਭਲਾਈ ਹੈ ਕਿ ਨਹੀਂ ਉਹਦੇ ਵਾਸਤੇ ਜਾਣਾ ਚਾਹੁੰਦਾ। ਹੁਣ ਸਾਡੇ ਲੋਕਾਂ ਨੂੰ ਜਿਹੜਾ ਕਿ ਨਹੀਂ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਮੰਦੀ ਹਾਲਤ ਆ ਔਰ ਬਾਹਰ ਜਾ ਕੇ ਉਹ ਆਪਣੀ ਚੰਗੀ ਰੋਜ਼ੀ ਰੋਟੀ ਜਿਹੜੀ ਕਮਾ ਸਕਣ, ਮੇਰਾ ਮੁੱਖ ਮਕਸਦ ਜਿਹੜਾ ਇਹ ਹੈਗਾ ਆ ਅਤੇ ਇਹਦੇ ਵਾਸਤੇ ਮੈਂ ਅੱਗੇ ਪਲੈਨ ਬਣਾਈ ਹੋਈ ਆ ਕਿ ਇਹ ਮੇਰੀ ਇੱਕ ਪ੍ਰੀਖਿਆ ਯਾਤਰਾ ਆ ਜੀ ਅਤੇ ਜੇ ਇਹ ਕਾਮਯਾਬ ਹੋ ਜਾਂਦੀ ਆ ਤਾਂ ਮੈਂ ਇਸ ਤੋਂ ਬਾਅਦ 4 ਜਹਾਜ਼ ਲਵਾਂਗਾ ਅਤੇ 2 ਜਹਾਜ਼ ਮੈਂ ਬੰਬਈ ਤੋਂ ਚਲਾਵਾਂਗਾ ਜਿਹੜੇ ਬ੍ਰਾਜ਼ੀਲ ਨੂੰ ਚੱਲਣਗੇ ਅਤੇ 2 ਕਲਕੱਤੇ ਤੋਂ ਚਲਾਵਾਂਗਾ ਜਿਹੜੇ ਕੈਨੇਡਾ ਨੂੰ ਜਾਇਆ ਕਰਨਗੇ ਜੀ। ਇਹ ਠੀਕ ਹੈ ਗੱਲ ਕਿ ਜਿਹੜੇ ਬੰਦੇ ਬਾਹਰ ਜਾਂਦੇ ਨੇ ਉਹਨਾਂ ਦੇ ਦਿਸ ਹੱਦੇ ਦੇ ਵਿੱਚ ਵੀ ਚੜਤਣ ਆਉਂਦੀ ਆ, ਉਹਨਾਂ ਨੂੰ ਆਜ਼ਾਦੀ ਦੀ ਸਮਝ ਵੀ ਆਉਂਦੀ ਆ, ਗੁਲਾਮੀ ਅਤੇ ਆਜ਼ਾਦੀ ਦੇ ਫਰਕ ਦਾ ਵੀ ਪਤਾ ਲੱਗਦਾ ਆ, ਪਰ ਮੈਂ ਇਹ ਗੱਲ ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਮਕਸਦ ਕੋਈ ਰਾਜਨੀਤਿਕ ਮਕਸਦ ਨਹੀਂ ਹੈਗਾ, ਮੇਰਾ ਮਕਸਦ ਸਿਰਫ ਅਤੇ ਸਿਰਫ ਆਰਥਿਕ ਮਕਸਦ ਹੈਗਾ। ਉਹ ਕਹਿੰਦਾ ਠੀਕ ਆ। ਅਗਲਾ ਸਵਾਲ ਉਹਨੇ ਕੀ ਕੀਤਾ, ਉਹ ਕਹਿੰਦਾ ਕਿ ਜੇ ਤੁਹਾਨੂੰ ਕੈਨੇਡਾ ਦੀ ਸਰਕਾਰ ਜਿਹੜੀ ਆ ਉੱਥੇ ਉਤਰਨ ਨਹੀਂ ਦੇਵੇਗੀ ਤਾਂ ਤੁਸੀਂ ਕੀ ਕਰੋਗੇ? ਉਹਨੇ ਕਿਹਾ ਜੀ ਕੋਈ ਵੀ ਇਹੋ ਜਿਹਾ ਕਾਨੂੰਨ ਨਹੀਂ ਹੈਗਾ ਜਿਹੜਾ ਸਾਨੂੰ ਕੈਨੇਡਾ ਉਤਰਨ ਤੋਂ ਰੋਕ ਸਕਦਾ ਹੋਵੇ। ਔਰ ਉਹਨੇ ਉਹ ਹੀ 39 ਬੰਦਿਆਂ ਦੇ ਜਿਹੜੇ ਪਨਾਮਾ ਮਾਰੂ ਜਹਾਜ਼ ਉੱਤੇ ਕੁਛ ਸਮਾਂ ਪਹਿਲਾਂ ਗਏ ਸੀਗੇ ਅਤੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਮਿਸਟਰ ਹੰਟਰ ਨੇ ਉਤਰਨ ਦੀ ਆਗਿਆ ਦੇ ਦਿੱਤੀ ਸੀ, ਉਹਨੇ ਉਹ ਸਾਰਾ ਹਵਾਲਾ ਦੁਹਰਾਇਆ ਕਿ ਅਸੀਂ ਕਾਨੂੰਨ ਤੌਰ 'ਤੇ ਜਾ ਸਕਦੇ ਔਰ ਸਾਨੂੰ ਕੋਈ ਰੁਕਾਵਟ ਕਾਨੂੰਨ ਤੌਰ 'ਤੇ ਨਹੀਂ ਹੈਗੀ, ਪਰ ਜੇ ਕਾਨੂੰਨੀ ਤੌਰ 'ਤੇ ਰੁਕਾਵਟ ਹੋਵੇਗੀ ਵੀ ਤਾਂ ਮੈਂ ਉੱਥੋਂ ਦੀ ਸੁਪਰੀਮ ਕੋਰਟ ਤੱਕ ਆਪਣਾ ਕੇਸ ਲੜਾਂਗਾ ਔਰ ਜਿੰਨਾ ਚਿਰ ਤੱਕ ਕੇਸ ਹੰਨੇ ਜਾਂ ਬੰਨੇ ਇੱਧਰ ਜਾਂ ਉੱਧਰ ਨਹੀਂ ਹੁੰਦਾ ਮੈਂ ਉਨ੍ਹਾਂ ਚਿਰ ਤੱਕ ਵਾਪਸ ਨਹੀਂ ਪਰਤਾਂਗਾ। ਅਗਲੀ ਗੱਲ ਉਹਨੇ ਕਿਹਾ, ਉਹਨੇ ਕਿਹਾ ਵੀ ਜੇ ਇਹਦੇ ਬਾਵਜੂਦ ਵੀ ਉਹ ਤੁਹਾਨੂੰ ਆਗਿਆ ਨਹੀਂ ਦਿੰਦੇ ਉਤਰਨ ਦੀ ਫਿਰ ਤੁਸੀਂ ਕੀ ਕਰੋਗੇ? ਕੀ ਤੁਸੀਂ ਕੋਈ ਐਕਟਿਵ ਵਿਰੋਧ ਕਰੋਗੇ ਜਾਂ ਉਸ ਤਰ੍ਹਾਂ ਦਾ ਵਿਰੋਧ ਕਰੋਗੇ ਜਿਸ ਤਰ੍ਹਾਂ ਦਾ ਮਿਸਟਰ ਗਾਂਧੀ ਨੇ ਅਫਰੀਕਾ ਵਿੱਚ ਕੀਤਾ ਸੀ, ਅਕਿਰਿਆ ਪੈਸਿਵ ਰਜਿਸਟੈਂਸ ਦਿਓਗੇ ਤੁਸੀਂ, ਹੈ ਨਾ? ਤਾਂ ਉਹਨੇ ਕਿਹਾ ਵੀ ਹਾਂ ਮੈਂ ਜਿਸ ਤਰ੍ਹਾਂ ਦਾ ਗਾਂਧੀ ਨੇ ਵਿਰੋਧ ਕੀਤਾ ਸੀ ਕਿ ਨਹੀਂ ਮੈਂ ਉਸ ਤਰ੍ਹਾਂ ਦਾ ਹੀ ਜਿਹੜੀ ਰਜਿਸਟੈਂਸ ਆ ਮੈਂ ਉਸ ਤਰ੍ਹਾਂ ਦਾ ਹੀ ਪੈਸਿਵ ਜਿਹੜਾ ਕਿ ਨਹੀਂ ਉਹ ਵਿਰੋਧ ਪ੍ਰਗਟ ਕਰਾਂਗਾ। ਇਹ ਗੱਲਾਂ ਜਿਹੜੀਆਂ ਨੇ ਉਹਨੇ ਬੜੀਆਂ ਸਾਫ਼ ਕੀਤੀਆਂ ਉਹਦੇ ਕੋਲ ਅਤੇ ਇਸ ਤੋਂ ਬਾਅਦ ਉਹਨੇ ਫਿਰ ਉਹਨੂੰ ਦਸਖਤ ਕਰਕੇ ਦੇ ਦਿੱਤੇ ਅਤੇ ਭਾਈ ਗੁਰਦਿੱਤ ਸਿੰਘ ਜਿਹੜਾ ਉਹ ਜਾਣ ਵਾਸਤੇ ਰਵਾਨਾ ਹੋ ਗਿਆ ਅਤੇ 4 ਅਪ੍ਰੈਲ ਨੂੰ ਇਹ ਜਹਾਜ਼ ਜਿਹੜਾ ਹੈ ਇਹ ਹਾਂਗਕਾਂਗ ਦੀ ਜਿਹੜੀ ਹੈਗੀ ਆ ਬੰਦਰਗਾਹ ਉਹਦੇ ਉੱਤੋਂ ਰਵਾਨਾ ਹੁੰਦਾ ਆ ਔਰ ਉਸ ਵੇਲੇ ਇੱਕ ਜਿਵੇਂ ਆਪਾਂ ਕਿਹਾ ਸੀਗਾ ਨਹੀਂ ਭਾਈ ਹਰਨਾਮ ਸਿੰਘ ਕਾਲਾ ਸੰਘਿਆ, ਇਸ ਤਰ੍ਹਾਂ ਹੀ ਹਰਨਾਮ ਸਿੰਘ ਗੁੱਜਰਵਾਲ ਜਿਹੜੇ ਸਨ ਇਹ ਵੀ ਗਦਰ ਪਾਰਟੀ ਦੇ ਵਿੱਚ ਬਾਅਦ ਵਿੱਚ ਸ਼ਾਮਿਲ ਹੋਇਆ, ਇਹ ਵੀ ਉਸ ਜਹਾਜ਼ ਦੇ ਵਿੱਚ ਜਾ ਰਹੇ ਸਨ। ਉਹ ਲਿਖਦੇ ਨੇ ਕਿ ਇੰਨਾ ਉਤਸ਼ਾਹ ਸੀ ਜਦੋਂ ਜਹਾਜ਼ ਚੱਲ ਰਿਹਾ ਸੀਗਾ ਅਤੇ ਸਾਡੇ ਫੌਜੀ ਵੀ ਅਤੇ ਸਾਡੇ ਹੋਰ ਭਾਰਤੀ ਵੀਰ ਵੀ ਜਿਹੜੇ ਹਾਂਗਕਾਂਗ ਦੇ ਵਿੱਚ ਸਨ ਉਹ ਉੱਥੇ ਖੜੋਤੇ ਹੱਥ ਹਿਲਾ ਰਹੇ ਸਨ ਔਰ ਇੱਕ ਪਠਾਨ ਨੂੰ ਕਿਸੇ ਪਠਾਨ ਫੌਜੀ ਨੂੰ ਕਿਸੇ ਮੇਜਰ ਗੋਰੇ ਨੇ ਪੁੱਛਿਆ, ਉਹਨੇ ਵੀ ਜਿਹੜਾ ਸਿੱਖਾਂ ਦਾ ਜਹਾਜ਼ ਜਿਹੜਾ ਇਹ ਜਾ ਰਿਹਾ ਵਾ ਕੈਨੇਡਾ ਨੂੰ ਇਹ ਕੀ ਕਰਨ ਜਾ ਰਿਹਾ ਜੀ?
ਇਹਨਾਂ ਦਾ ਮਕਸਦ ਕੀ ਆ ਉੱਥੇ ਜਾਣ ਦਾ? ਅਤੇ ਪਠਾਨ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦਾ ਕਿ ਪਠਾਨ ਨੇ ਆਖਿਆ ਇਹ ਜਹਾਜ਼ ਸਿੱਖਾਂ ਦਾ ਜਹਾਜ਼ ਨਹੀਂ ਹੈਗਾ ਜੀ, ਇਹ ਹਿੰਦੁਸਤਾਨ ਦਾ ਜਹਾਜ਼ ਆ, ਅਤੇ ਇਹ ਇੱਕ ਜਾਤੀ ਜਾਂ ਇੱਕ ਕੌਮ ਦਾ ਜਹਾਜ਼ ਨਾ ਆ ਕੇ ਇਹਦੇ ਵਿੱਚ ਪੂਰਾ ਭਾਰਤ ਜਿਹੜਾ ਉਹਦੀ ਸ਼ਿਰਕਤ ਆ ਉਹਦੀ ਪ੍ਰਤੀਨਿਧਤਾ ਕਰਦਾ, ਔਰ ਜੇ ਇਸ ਜਹਾਜ਼ ਨੂੰ ਰੋਕਿਆ ਜਾਂਦਾ ਤਾਂ ਇੱਥੇ ਬਹੁਤ ਉੱਧਰ ਧੂਮੀ ਮੱਚਣੀ ਸੀਗੀ। ਇਹ ਉਸ ਬੰਦੇ ਨੇ ਇਹ ਗੱਲ ਕਹੀ, ਉਸ ਪਠਾਨ ਨੇ ਇਹ ਗੱਲ ਦੱਸਦੀ ਆ। ਭਾਈ ਹਰਨਾਮ ਸਿੰਘ ਗੁੱਜਰਵਾਲ ਜਿਹੜੇ ਨੇ ਉਹ ਆਪਣੀ ਇੱਕ ਚਸ਼ਮਦੀਦ ਗਵਾਹੀ ਜਿਹੜੀ ਉਹ ਬਿਆਨ ਕਰਦੇ ਪਏ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਫੌਜਾਂ ਸੀ ਕਿ ਉਹਨਾਂ ਵਿੱਚ ਰੋਸ ਵੀ ਸੀ, ਰੰਜ ਵੀ ਸੀਗੀ, ਅਤੇ ਨਾਲ ਦੇ ਨਾਲ ਉਹਨਾਂ ਨੂੰ ਖੁਸ਼ੀ ਵੀ ਸੀਗੀ ਕਿ ਸਾਡਾ ਜਹਾਜ਼ ਜਿਹੜਾ ਹੈ ਸਾਡੇ ਭਰਾਵਾਂ ਦਾ ਉਹ ਹਾਂਗਕਾਂਗ ਨੂੰ ਰਵਾਨਾ ਹੋ ਗਿਆ। ਤੋ ਇਹ ਜਹਾਜ਼ ਜਿਹੜਾ ਹੈ ਫਿਰ ਅੱਗੇ ਇਹਦੇ ਵਿੱਚ ਜਿਵੇਂ ਅਸੀਂ ਕਿਹਾ ਸੀਗਾ ਕਿ ਯਾਤਰੀ ਤਾਂ ਸਾਰੇ 165 ਸੀਗੇ, ਅਤੇ ਅੱਗੇ ਜਿਹੜੀਆਂ ਦੂਜੀਆਂ ਬੰਦਰਗਾਹਾਂ ਸੀਗੀਆਂ ਸ਼ਿੰਗਾਈ ਦੀ, ਮੌਜੀ ਦੀ, ਕੋਬੇ ਦੀ, ਯੋਕੋਹਾਮਾ ਦੀ, ਵੀ ਇਹਨਾਂ ਤੋਂ ਉਹਨਾਂ ਨੂੰ ਯਾਤਰੀ ਮਿਲਣ ਦੀ ਜਿਹੜੀ ਆਸ ਸੀਗੀ। ਅਤੇ ਜਿਹੜਾ ਲੋਕ ਕੁਝ ਕਹਿੰਦੇ ਨੇ ਜੀ ਉਹਦਾ ਜੀ ਨਿਰੋਲ ਮਕਸਦ ਇਹ ਸੀਗਾ ਕਿ ਉਹ ਆਰਥਿਕ ਤੌਰ ਉੱਤੇ ਲਾਹਾ ਲੈਣਾ ਚਾਹੁੰਦਾ ਸੀ, ਵਪਾਰੀ ਆਦਮੀ ਸੀ ਗੁਰਦਿੱਤ ਸਿੰਘ, ਤਾਂ ਅਸੀਂ ਇਸ ਗੱਲ ਵੱਲ ਧਿਆਨ ਦਿਵਾਉਣਾ ਚਾਹਾਂਗੇ ਉਹਨਾਂ ਦੇ ਕਿ ਉਹ ਇਸ ਗੱਲੋਂ ਤਾਂ ਮੁੱਕਰਦਾ ਨਹੀਂ ਸੀ ਵੀ ਜੇ ਉਹ ਕਾਮਯਾਬ ਹੁੰਦਾ ਤਾਂ ਉਹ 4 ਜਹਾਜ਼ ਚਲਾਉਣੇ ਚਾਹੁੰਦਾ ਸੀਗਾ। ਪਰ ਨਾਲ ਦੇ ਨਾਲ ਸਾਨੂੰ ਜਿਹੜੇ ਅਸੀਂ ਪਿੱਛੇ ਵੀ ਜ਼ਿਕਰ ਕਰ ਚੁੱਕੇ ਕਿ ਉਹਦੇ ਮਨ ਵਿੱਚ ਆਪਣੇ ਦੇਸ਼ ਦੇ ਭਰਾਵਾਂ ਵਾਸਤੇ ਦਰਦ ਦਾ ਅਹਿਸਾਸ ਵੀ ਸੀਗਾ, ਉਹਨਾਂ ਦੇ ਭਲੇ ਲਈ ਵੀ ਉਹ ਕੁਝ ਕਰਨਾ ਚਾਹੁੰਦਾ ਸੀਗਾ, ਅਤੇ ਇਸੇ ਕਰਕੇ ਉਹਨੇ ਇਹ ਜਹਾਜ਼ ਜਿਹੜਾ ਸੀਗਾ ਇਹ ਕਿਰਾਏ ਦੇ ਉੱਤੇ ਕੀਤਾ ਸੀ, ਨਹੀਂ ਤਾਂ 165 ਬੰਦਿਆਂ ਦੇ ਨਾਲ ਉਹ ਚੱਲਣ ਲਈ ਕਦੀ ਵੀ ਤਿਆਰ ਨਾ ਹੁੰਦਾ। ਅਤੇ ਸਾਰੇ ਅਸਲ 'ਚ ਜਿਹੜੀ ਗੱਲ ਹੈ ਉਹ ਵੀ ਹੈਗੀ ਆ ਕਿ ਬਹੁਤ ਸਾਰਿਆਂ ਦੇ ਕੋਲ ਜਿਹੜੇ 165 ਸੀਗੇ ਉਹਨਾਂ ਦੇ ਕੋਲ ਵੀ ਪੂਰਾ ਮੁਕੰਮਲ ਕਿਰਾਇਆ ਨਹੀਂ ਸੀ ਹੈਗਾ ਜਾਣ ਦਾ ਜੀ, ਉਹਨਾਂ ਕੋਲੋਂ $20,000 ਦੀਆਂ ਜਿਹੜੀਆਂ ਅਸੀਂ ਹੁੰਡੀਆਂ ਕਰਵਾਈਆਂ ਗਈਆਂ, ਲਿਖਤਾਂ ਕਰਵਾਈਆਂ ਗਈਆਂ ਕਿ ਉੱਥੇ ਜਾ ਕੇ ਤੁਸੀਂ ਮੈਨੂੰ ਪੈਸੇ ਜਿਹੜੇ ਆ ਉਹ ਤੁਸੀਂ ਦੇ ਦਿਓਗੇ। ਹੈ ਤਾਂ ਇਸ ਤਰੀਕੇ ਦੇ ਨਾਲ ਭਾਈ ਗੁਰਦਿੱਤ ਸਿੰਘ ਨੂੰ ਜਿਹੜੇ ਵਪਾਰੀ ਦੇ ਤੌਰ 'ਤੇ ਪੇਸ਼ ਕਰਨਾ ਜਿਹੜਾ ਸ਼ਾਇਦ ਉਹਦੇ ਨਾਲ ਨਿਆਏ ਨਹੀਂ ਹੈਗਾ। ਤੋ ਅਗਲੀਆਂ ਜਿਹੜੀਆਂ ਬੰਦਰਗਾਹਾਂ ਸੀ ਉਹ ਮੈਂ ਸਿਰਫ ਇੰਨੀ ਗੱਲ, ਸ਼ੰਘਾਈ ਤੋਂ ਉਹਨਾਂ ਨੂੰ 111 ਬੰਦੇ ਹੋਰ ਮਿਲਦੇ ਆ ਜੀ, ਅਤੇ ਅੱਗੇ ਜਾ ਕੇ ਮੌਜੀ ਤੋਂ ਉਹਨਾਂ ਨੂੰ 86 ਬੰਦੇ ਮਿਲਦੇ ਨੇ, ਅਤੇ ਅੱਗੇ ਜਾ ਕੇ ਯੋਕੋਹਾਮਾ ਤੋਂ ਉਹਨਾਂ ਨੂੰ 14 ਬੰਦੇ ਮਿਲਦੇ ਨੇ। ਇੰਜ ਸਾਰੇ ਯਾਤਰੀ 376 ਸਨ, 500 ਦੀ ਥਾਂ ਦੇ ਉੱਤੇ 376 ਯਾਤਰੀਆਂ ਦੇ ਨਾਲ ਇਹ ਜਿਹੜਾ ਜਹਾਜ਼ ਸੀਗਾ ਇਹ ਰਵਾਨਾ ਹੁੰਦਾ ਆ ਕੈਨੇਡਾ ਵਾਲੇ ਪਾਸੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਫਿਰ ਆਪਾਂ ਸਮਾਂ ਹੁਣ ਸਮਾਪਤ ਹੈ ਜੀ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ ਜਿਹੜਾ ਕਾਮਾ ਗਾਟਾ ਮਾਰੂ ਜਹਾਜ਼ ਸੀਗਾ 376 ਮੁਸਾਫਰਾਂ ਦੇ ਨਾਲ ਕੈਨੇਡਾ ਵੱਲ ਨੂੰ ਤੁਰ ਪੈਂਦਾ ਹੈ, ਅਤੇ ਕੈਨੇਡਾ ਜਾ ਕੇ ਫਿਰ ਕੀ ਉਹਨੂੰ ਬੰਦਰਗਾਹ ਦੇ ਨਾਲ ਲੱਗਣ ਦਿੱਤਾ ਜਾਂਦਾ ਹੈ ਜਾਂ ਨਹੀਂ, ਇਹਦੇ ਬਾਰੇ ਜਾਣਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਸੰਧੂ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਤੁਹਾਡਾ ਵੀ ਸ਼ੁਕਰੀਆ ਜੀ। ਦੋਸਤੋ, ਅਗਲੇ ਪ੍ਰੋਗਰਾਮ ਤੱਕ ਤੁਸੀਂ ਉਡੀਕ ਰੱਖਣਾ, ਅਤੇ ਕਾਮਾ ਗਾਟਾ ਮਾਰੂ ਦਾ ਸਾਰਾ ਬਿਰਤਾਂਤ ਅਸੀਂ ਇਸ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਕਿਸ਼ਤਵਾਰ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ। ਅਗਲੇ ਪ੍ਰੋਗਰਾਮ ਤੱਕ ਤੁਸੀਂ ਉਡੀਕ ਰੱਖਣੀ। ਸਤਿ ਸ੍ਰੀ ਅਕਾਲ ਜੀ।